ਤਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵੱਡੀ ਖਬਰ ਆ ਰਹੀ ਹੈ ਕਿ ਏਡੀਜੀਪੀ ਐਮਐਫ ਫਾਰੂਕੀ ਨੇ ਕਮਿਸ਼ਨਰ ਆਫ ਪੁਲਿਸ ਜਸਕਰਨ ਸਿੰਘ ਅਤੇ ਪੂਰੀ ਪੁਲਿਸ ਫੋਰਸ ਦੇ ਨਾਲ ਰੇਲਵੇ ਸਟੇਸ਼ਨ ਵਿਖੇ ਵਾਹਨਾਂ ਦੀ ਅਤੇ ਮੁਸਾਫਿਰਾਂ ਦੀ ਚੈਕਿੰਗ ਕੀਤੀ ਹੈ। ਜੀ ਹਾਂ, ਦੱਸਿਆ ਜਾ ਰਿਹਾ ਹੈ ਕਿ ਇਹ ਜੋ ਚੈਕਿੰਗ ਹੈ ਉਹ ਨਵੇਂ ਸਾਲ ਅਤੇ ਆਉਣ ਵਾਲੇ ਤਿਉਹਾਰਾਂ ਨੂੰ ਵੇਖ ਕੇ ਪੁਲਿਸ ਵੱਲੋਂ ਚੌਕਸ ਹੋ ਕੇ ਕੀਤੀ ਜਾ ਰਹੀ ਹੈ। ਜੀ ਹਾਂ, ਅਚਾਨਕ ਹੀ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਖੇ ਪੰਜਾਬ ਦੀ ਪੁਲਿਸ ਦੀ ਪੂਰੀ ਫੋਰਸ ਕਮਿਸ਼ਨਰ ਆਫ ਪੁਲਿਸ ਜਸਕਰਨ ਸਿੰਘ ਅਤੇ ਏਡੀਜੀਪੀ ਐਮਐਫ ਫਾਰੂਕੀ ਪਹੁੰਚੇ ਨੇ ਅਤੇ ਵਾਹਨਾਂ ਅਤੇ ਮੁਸਾਫਰਾਂ ਦੀ ਚੈਕਿੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਕਮਿਸ਼ਨਰ ਆਫ ਪੁਲਿਸ ਜਸਕਰਨ ਸਿੰਘ ਨੇ ਦੱਸਿਆ ਕਿ ਇਹ ਜੋ ਚੈਕਿੰਗ ਹੈ ਉਹ ਇਸੇ ਕਰਕੇ ਹੈ ਕਿ ਜੋ ਵੀ ਅੰਮ੍ਰਿਤਸਰ ਦੇ ਵਿੱਚ ਮੁਸਾਫਿਰ ਆ ਰਿਹਾ ਹੈ ਉਸਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬਿਊਰੋ ਰਿਪੋਰਟ, ਅੰਮ੍ਰਿਤਸਰ ਪੇਜ। ਦੇਖੋ, ਜਿਹੜੀ ਸੈਂਸ ਆਫ ਸਿਕਿਉਰਿਟੀ ਹੈ ਇਹ ਆਪਾਂ ਆਪਣੇ ਸਿਟੀਜ਼ਨ 'ਚ ਪਾਣੀ ਹੈਗੀ, ਆਪਾਂ ਜਿਹੜੇ ਮਾੜੇ ਅਨਸਰ ਹੈਗੇ ਨੇ ਉਹਨਾਂ 'ਤੇ ਕਾਬੂ ਪਾਉਣਾ ਹੈਗਾ, ਇਹ ਸਰਕਾਰ ਦਾ ਵੀ ਮੋਟਿਵ ਹੈਗਾ ਅਤੇ ਸਾਡੇ ਡੀ ਜੀ ਪੀ ਸਾਹਿਬ ਵੱਲੋਂ ਵੀ ਬਹੁਤ ਸਾਫ਼ ਲਾਊਡ ਐਂਡ ਕਲੀਅਰ ਇੰਸਟਰਕਸ਼ਨਸ ਹੈਗੇ ਨੇ। ਸਾਰੇ ਔਫਿਸਰਸ ਸਰਪ੍ਰਾਈਜ਼ ਦੇ ਤੌਰ 'ਤੇ ਚੈਕਿੰਗ ਪਲਾਨ ਕਰ ਰਹੇ ਹੈਗੇ, ਜਿੱਦਾਂ ਨਸ਼ੇ ਦੇ ਸੌਦਾਗਰ ਹੈਗੇ ਉਹਨਾਂ ਦੇ ਜਿਹੜੀ ਹੈਗੀ ਉਹ ਲਗਾਤਾਰ ਚੈਕਿੰਗਾਂ ਹੋਈਆਂ ਹੈਗੀਆਂ। ਉਦੋਂ ਬਾਅਦ ਜਿਹੜੇ ਸ਼ਹਿਰ ਨੇ ਉਹਦੇ ਵਿੱਚ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਜਿਹੜੇ ਆਮ ਤੌਰ 'ਤੇ ਇੱਕ ਟਰਾਂਸਪੋਰਟੇਸ਼ਨ ਦਾ ਮਾਧਿਅਮ ਰਹਿੰਦੇ ਨੇ, ਉੱਥੇ ਸਾਡੀ ਆਪਣੀ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਉਹ ਚੱਲ ਰਹੀ ਹੈਗੀ। ਇਹਦੋਂ ਇਲਾਵਾ ਅੰਮ੍ਰਿਤਸਰ ਸ਼ਹਿਰ 'ਚ ਸਰਪ੍ਰਾਈਜ਼ ਦੇ ਤੌਰ 'ਤੇ ਪੈਰੀਫੇਰੀਅਲ ਸਿਕਿਉਰਿਟੀ ਜਾਂ ਸ਼ਹਿਰ 'ਚ ਸਿਕਿਉਰਿਟੀ ਜਿਹੜੀ ਹੈਗੀ ਉਹਨੂੰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਨੇ, ਅਤੇ ਸਾਡਾ ਇਹ ਮੰਤਵ ਹੈਗਾ ਕਿ ਆਪਾਂ ਬਿਹਤਰ ਤਰੀਕੇ ਨਾਲ ਪੁਲਿਸ ਫੋਰਸ ਜਿਹੜੀ ਹੈਗੀ ਉਹਨੂੰ ਉਹਦੇ ਤੋਂ ਏਰੀਆ ਡੋਮੀਨੇਟ ਕਰੀਏ ਅਤੇ ਮਾੜੇ ਅਨਸਰਾਂ 'ਤੇ ਕਾਬੂ ਪਾਈਏ। ਦੇਖੋ, ਰਿਕਵਰੀਆਂ ਹੋਈਆਂ ਹੈਗੀਆਂ, ਜਿੱਦਾਂ ਸੀ ਪੀ ਸਾਹਿਬ ਸਾਨੂੰ ਦੱਸ ਰਹੇ ਸੀਗੇ ਕਿ ਕੁਝ ਦਿਨਾਂ ਪਹਿਲਾਂ ਹੀ ਇੱਥੇ ਜਿਹੜੇ ਬੱਸ ਸਟੈਂਡ ਦੀ ਚੈਕਿੰਗ ਸਰਪ੍ਰਾਈਜ਼ ਕੀਤੀ ਗਈ ਉਹਦੇ 'ਚ ਤਕਰੀਬਨ 50,000 ਗੋਲੀਆਂ ਨਸ਼ੇ ਦੀ ਮਿਲੀਆਂ ਸੀਗੀਆਂ। ਅੱਜ ਵੀ ਜਿਹੜੀ ਚੈਕਿੰਗ ਹੋ ਰਹੀ ਹੈਗੀ ਉਹਦੇ ਵਿੱਚ ਵੀ 7-8,000 ਗੋਲੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੋਈਆਂ ਨੇ। ਇਸ ਤਰੀਕੇ ਨਾਲ ਜਿਹੜੀ ਇਸ ਤਰ੍ਹਾਂ ਦੀ ਸਰਪ੍ਰਾਈਜ਼ ਚੈੱਕ ਨੇ ਉਹਦੇ ਨਾਲ ਜਿਹੜੇ ਮਾੜੇ ਅਨਸਰ ਨੇ ਸਾਡੇ ਕਾਬੂ ਆ ਜਾਂਦੇ ਨੇ, ਅਤੇ ਇਹਨਾਂ 'ਤੇ ਕਾਬੂ ਪਾ ਕੇ ਆਪਾਂ ਸਮਾਜ ਨੂੰ ਬਿਹਤਰ ਜਿਹੜੇ ਹੈਗੇ ਰੌਹ 'ਚ ਪਾਉਣਾ ਹੈਗਾ। ਦੇਖੋ, ਜਿੱਥੇ ਕਿਤੇ ਵੀ ਨਸ਼ੇ ਦੀ ਕੋਈ ਗੱਲ ਹੋ ਰਹੀ ਹੈ, ਕੁਛ ਹੋਰ ਗੱਲ ਹੋਵੇ, ਪਹਿਲੀ ਗੱਲ ਤਾਂ ਹੈਗੀ ਕਿ ਇਹ ਸਾਡਾ ਬਹੁਤ ਸਾਫ਼ ਸੁਥਰਾ ਜਿਹਾ ਮੈਸੇਜ ਹੈਗਾ ਕਿ ਨਸ਼ੇ ਦੀ ਕਿਸੇ ਵੀ ਕਾਰੋਬਾਰ ਨੂੰ ਕਿਸੇ ਵੀ ਤਰੀਕੇ ਨਾਲ ਜਿਹੜੀ ਚੱਲ ਰਹੀ ਹੋਵੇ ਉਹਦੇ 'ਚ ਕਿਸੇ ਨੂੰ ਕੋਈ ਗੁੰਜਾਇਸ਼ ਨਹੀਂ ਹੈਗੀ, ਅਤੇ ਵਧੀਆ ਤਰੀਕੇ ਨਾਲ ਆਪਾਂ ਕਾਬੂ ਪਾਵਾਂਗੇ। ਨਾਲੇ ਮੈਂ ਸਿਟੀਜ਼ਨਸ ਤੋਂ ਵੀ ਇਹ ਉਮੀਦ ਕਰਾਂਗਾ ਕਿ ਜਦੋਂ ਤੁਹਾਨੂੰ ਲੱਗਦਾ ਕਿ ਕਿਸੇ ਪਾਸੇ ਕੋਈ ਗੱਲ ਹੋ ਰਹੀ ਹੈ, ਮਾੜੀ ਹੋ ਰਹੀ ਹੈ, ਤਾਂ ਉਹ ਪੁਲਿਸ ਦੀ ਨੋਟਿਸ 'ਚ ਲਿਆਓ, ਸੀ ਪੀ ਸਾਹਿਬ ਦੀ ਨੋਟਿਸ 'ਚ ਲਿਆਓ, ਆਫਿਸਰ ਸਾਹਿਬਾਨ ਤੁਹਾਡੇ ਕੋਲ ਹੈਗੇ ਨੇ ਉਹਨਾਂ ਦੀ ਨੋਟਿਸ 'ਚ ਲਿਆਓ। ਆਪਾਂ ਇਮੀਡੀਏਟਲੀ ਉੱਥੇ ਕਾਰਵਾਈ ਕਰਾਂਗੇ ਅਤੇ ਇਨਸ਼ੋਰ ਕਰਾਂਗੇ ਕਿ ਕੋਈ ਇਸ ਤਰ੍ਹਾਂ ਦੀ ਜਿਹੜੀ ਅਨਟੂਵਰਡ ਜਿਹੜੇ ਹੈਗੇ ਉਹ ਇੰਸੀਡੈਂਟ ਨਾ ਹੋ ਜਾਣ, ਅਤੇ ਨਾਲੇ ਜਿਹੜੀ ਇਹ ਮਾੜੀ ਗਤੀਵਿਧੀਆਂ ਹੈਗੀਆਂ ਉਹਦੇ 'ਤੇ ਕਾਬੂ ਪਾਇਆ ਜਾ ਸਕੇ। ਸਰ, ਰਾਤ ਨੂੰ ਜਿਹੜੇ ਬੈਟਰੀ ਵਾਲੇ ਆਟੋ ਵਾਲੇ ਆਉਂਦੇ ਨੇ ਇਹ ਰਾਤ ਨੂੰ ਇੱਥੇ ਬਹਿ ਕੇ ਆਰਾਮ ਨਾਲ ਬੈਠੇ ਹੁੰਦੇ ਨੇ, ਬਾਅਦ 'ਚ ਜਦੋਂ ਪੁਲਿਸ ਇੱਧਰ ਉੱਧਰ ਹੋ ਜਾਂਦੀ ਹੈ ਉੱਪਰ ਚੜ ਜਾਂਦੇ ਨੇ ਆਟੋਮੈਟਿਕਲੀ ਵੇਖ ਕੇ। ਚਲੋ, ਤੁਸੀਂ ਨੋਟਿਸ 'ਚ ਲਿਆਇਆ ਹੋਇਆ, ਸੀ ਪੀ ਸਾਹਿਬ ਵੀ ਇੱਥੇ ਮੌਜੂਦ ਹੈਗੇ ਨੇ, ਆਫਿਸਰਸ ਵੀ ਹੈਗੇ, ਆਪਾਂ ਇਹ ਪੱਖ ਜਿਹੜਾ ਹੈਗਾ ਇਹਨੂੰ ਜ਼ਰੂਰ ਚੈੱਕ ਕਰਾਂਗੇ। ਇਹਦੇ ਵਿੱਚ ਦੋ ਲਾਈਨਾਂ ਮੈਂ ਦੱਸਣਾ ਚਾਹੁੰਦਾ ਹਾਂ। ਇਹੋ ਜਿਹੜੇ ਸਪੋਟਸ ਨੇ ਉਹਨੂੰ ਹੌਟ ਸਪੋਟਸ ਕਹਿੰਦੇ, ਇਹੋ ਜਿਹੇ ਸਰ ਅਸੀਂ 42 ਹੌਟ ਸਪੋਟਸ ਆਈਡੈਂਟੀਫਾਈ ਕੀਤੇ ਆ, ਔਰ ਉਹਨਾਂ ਦੇ ਵਿੱਚ ਇਹੀ ਹੈ ਕਿ ਅਸੀਂ ਉੱਥੇ ਪ੍ਰੈਜੈਂਸ ਵਧਾਈਏ, ਚੈਕਿੰਗ ਵਧਾਈਏ, ਪਲੱਸ ਕੁਝ ਇਹੋ ਜਿਹੇ ਜਿਹੜੀਆਂ ਸਪੋਟਸ ਨੇ ਜਿੱਥੇ ਕੋਈ ਬੇਅਬਾਦ ਹੈ ਉਹਨੂੰ ਅਸੀਂ ਪਰਮਾਨੈਂਟ ਬੰਦ ਕਰਨ ਦੀ ਕੋਸ਼ਿਸ਼ ਕਰੀਏ ਕਾਰਪੋਰੇਸ਼ਨ ਦੇ ਨਾਲ ਮਿਲ ਕੇ। ਸੋ ਇਹਦੇ ਨਾਲ ਕੀ ਹੈਗਾ ਕਿ ਜਿਹੜੇ ਜਿੱਥੇ ਕੋਈ ਪ੍ਰੈਵਲੈਂਟ ਨਸ਼ਾ ਹੋਏਗਾ ਉਹਨੂੰ ਫੜਾਂਗੇ, ਔਰ ਬਹੁਤ ਹੀ ਵਧੀਆ ਆਪਾਂ ਨੂੰ ਇਹ ਪਿਛਲੇ ਦਿਨਾਂ ਦੇ ਵਿੱਚ ਉਪਲਬਧੀ ਮਿਲੀ, ਆਪਾਂ ਡਿਸਕਸ ਕਰਦੇ ਰਹੇ ਹਾਂ। ਬੱਸ ਸਟੈਂਡ ਰੇਲਵੇ ਸਟੇਸ਼ਨ ਦਾ ਪਰਪਸ ਚੈੱਕ ਕਰਨ ਦਾ ਇਹ ਹੈ ਕਿ ਬਾਹਰੋਂ ਬਹੁਤ ਸਾਰੇ ਲੋਕ ਜਿਹੜੇ ਇੱਥੇ ਆਉਂਦੇ ਨੇ ਜਿਹੜੇ ਕਿ ਸਟ੍ਰੇਂਜਰ ਹੁੰਦੇ ਨੇ, ਜਦੋਂ ਅਸੀਂ ਉਹਨੂੰ ਚੈੱਕ ਕਰਦੇ ਹਾਂ ਇੱਕ ਤਾਂ ਸੈਂਸ ਆਫ ਸਿਕਿਉਰਿਟੀ ਆਉਂਦੀ ਹੈ, ਇੱਕ ਜਿਹੜਾ ਕੋਈ ਕ੍ਰਿਮੀਨਲ ਹੈ ਉਹ ਆਪਾਂ ਈਜ਼ੀਲੀ ਉਹਨੂੰ ਟੈਕਲ ਕਰ ਸਕਦੇ ਹਾਂ। ਸੋ ਅਸੀਂ ਸਰ ਇੱਥੇ ਇੱਕ ਨੇਬਰਹੁੱਡ ਸਕੀਮ ਵੀ ਬਣਾਈ ਹੈ, ਪਬਲਿਕ ਦਾ ਬਹੁਤ ਸਾਰਾ ਕੋਆਪਰੇਸ਼ਨ ਮਿਲ ਰਿਹਾ, ਐਵਰੀ ਡੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਆਉਂਦੀ ਹੈ ਉਹ ਸਾਡੇ ਨੋਟਿਸ 'ਚ ਆ ਰਹੀ ਹੈ, ਔਰ ਜੇ ਅਸੀਂ ਇਸ ਤਰੀਕੇ ਨਾਲ ਚੱਲਦੇ ਰਹਾਂਗੇ, ਕ੍ਰਿਮੀਨਲ ਤਾਂ ਹੈਗਾ 1-2%,
मजोरिटी जी चंगे बंद है जो तो चंगे बंदे सारे अपने नाल जुड़नगे कॉन्फिडेंट होणगे पुलिस प्रोफेशनली वर्क करेगी तो बिल्कुल जोड़े आ रिजल्ट पॉजिटिव आने अज मेनली साडा बस स्टैंड का और आला दुआला हैगा रेलवे स्टेशन है अप्रोक्सीमेटली 30 असी सारे सिटी सीलिंग प्लैन रखे 30 नाके जोड़े आ सारे शहर के लाए ने और इस दे नाल नाल जिहड़ा बस स्टैंड और ये आले दुआले का रेलवे स्टेशन और ये आले दुआले का वो असी जरा चैकिंग कर रहे हैं तकरीबन 100 बंदा जिहड़ा ये आले दुआले जिहड़ा असी साडे मुलाजम ने वो चीज़ों चैक कर रहे हैं और इस तरीके दे नाल रेलवे स्टेशन कर रहे हैं ताकि एक अज स्पैशल जिदा डी एडी साहब स्पैशली आए ने उहदे नाल साडी फोर्स मोटीवेट हुंदा क्योंकि आप आए ने और नाल दे नाल जिहड़ा हैगा माड़ा आंसर जिहड़ा उन्हूं एक पता लगेगा कि आप हमेशा ही कहने कि उन्हूं पता होना चाहिए कि हुण इहदे नशे दे बारे या क्राइम बारे साडे कोई नहीं है और जिहड़ा पब्लिक है आम बंदा है उन्हूं भी हौसला होना चाहिए कि असीं वज चढ़ के सहयोग करिए और एडमिनिस्ट्रेशन दे नाल खड़े होईए। थैंक यू।